ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਜੇਕਰ ਤੁਸੀਂ ਹੋ ਆਪਣੀ ਜ਼ਿੰਦਗੀ ਤੋਂ ਪਰੇਸ਼ਾਨ, ਜਿਵੇਂ ਲਵ ਮੈਰਿਜ, ਵਸ਼ੀਕਰਨ, ਲਾਟਰੀ ਨੰਬਰ, ਕੀਤਾ ਕਿਰਾਇਆ, ਪੀਆਰ ਦੀ ਸਮੱਸਿਆ, ਸੋਤਨ ਦੁਸ਼ਮਣ ਤੋਂ ਛੁਟਕਾਰੇ ਦਾ ਪੱਕਾ ਹੱਲ ਸਮਰਾਟ ਮਾਤਾ ਮੁਮਤਾਜ਼ ਜੀ ਕੋਲੋਂ ਗਰੰਟੀ ਨਾਲ ਕਰਵਾਓ, ਪਿਆਰ 'ਚ ਧੋਖਾ ਖਾਦੇ ਪ੍ਰੇਮੀ ਪ੍ਰੇਮਿਕਾਵਾਂ ਇੱਕ ਵਾਰ ਜ਼ਰੂਰ ਫੋਨ ਕਰਨ 7390906। पूरी दुनिया विच फैले कोरोना वायरस ने दहशत दा माहौल बनाया होया है। इस तो बचण लई लोकां नूं कुछ खास सुझाव भी दित्ते जा रहे ने। इसे दे चलदिआं जलंधर विच इक निवेकली पहल शुरू कीती गई है, जिस विच औरतां वल्लों लोकां दी सहूलत लई अते इस बीमारी तो बचण लई मास्क बनाए जा रहे ने। इन्हां राहीं लोक इस वायरस तो बच सकदे ने। इस बारे पूरी जानकारी दिंदे होए रीमा सोनी ने दस्सिआ है कि उन्हां दी इह कोशिश रहेगी कि उह 10 तों 15,000 दे करीब मास्क तैयार कर लैण, जिस तों बाद उन्हां वल्लों मास्क दा लंगर लगाया जाएगा। ਇਹ ਲੰਗਰ ਜਲੰਧਰ ਦੇ ਸ਼੍ਰੀ ਦੇਵੀ ਤਲਾਬ ਮੰਦਿਰ, ਸਿਵਲ ਹਸਪਤਾਲ ਤੇ ਆਸ਼ਰਮ ਦੇ ਨਜ਼ਦੀਕ ਲੱਗੇਗਾ, ਜਿੱਥੇ ਕਿ ਲੋੜਵੰਦ ਵਿਅਕਤੀ ਇਸ ਲੰਗਰ ਦਾ ਫਾਇਦਾ ਉਠਾ ਸਕਣਗੇ। ਇਸ ਤੋਂ ਇਲਾਵਾ ਰੀਮਾ ਸੋਨੀ ਨੇ ਇਹ ਵੀ ਦੱਸਿਆ ਹੈ ਕਿ ਉਹਨਾਂ ਦੀ ਮਦਦ ਲਈ ਕਰੀਬ 250 ਔਰਤਾਂ ਅੱਗੇ ਆਈਆਂ ਨੇ, ਜੋ ਕਿ ਮਾਸਕ ਬਣਾਉਣ ਵਿੱਚ ਮਦਦ ਕਰਨਗੀਆਂ। ਇਹ ਮਾਸਕ ਸਿਰਫ ਲੋੜਵੰਦਾਂ ਨੂੰ ਹੀ ਦਿੱਤਾ ਜਾਵੇਗਾ ਅਤੇ ਉਹ ਇਸ ਨੂੰ ਆਧਾਰ ਕਾਰਡ ਦਿਖਾ ਕੇ ਲੈ ਸਕਦੇ ਨੇ। ਸਰ, ਮੇਰੇ ਦਿਲ ਤੋਂ ਹੀ ਪ੍ਰੇਰਣਾ ਮਿਲੀ ਹੈ ਮੈਨੂੰ, ਕਿਉਂਕਿ ਜਿਸ ਤਰ੍ਹਾਂ ਮੈਂ ਹਰ ਸਾਲ ਕੜੀ ਚੌਲ ਦਾ ਲੰਗਰ ਲਾਉਂਦੀ ਸੀ ਅਤੇ ਮੈਨੂੰ ਲੱਗ ਰਿਹਾ ਕਿ ਚਲੋ ਕੜੀ ਚੌਲ ਦੇ ਲੰਗਰ ਦੀ ਵੀ ਲੋੜ ਪੈਂਦੀ ਰਹਿੰਦੀ ਹੈ, ਲੇਕਿਨ ਆ ਜਿਹੜੇ ਮੈਂ ਮਾਸਕ ਬਣਾ ਰਹੀ ਹਾਂ, ਮੈਨੂੰ ਸੋਚ ਲੱਗਿਆ ਕਿ ਜਿਹੜੇ ਗਰੀਬ ਲੋਕ ਨੇ, ਰੇਹੜੀਆਂ ਵਾਲੇ ਜਾਂ ਰਿਕਸ਼ਾ ਵਾਲੇ ਜਾਂ ਜਿਹੜੇ ਮਜ਼ਦੂਰ ਨੇ, ਉਹ 100 ਤੋਂ 150 ਰੁਪਇਆ ਤੁਹਾਨੂੰ ਪਤਾ ਇਹ ਮਾਰਕੀਟ 'ਚ ਵਿਕ ਰਿਹਾ ਆ, ਅਤੇ ਉਹ ਲੋਕ ਇਹ ਖਰੀਦ ਨਹੀਂ ਸਕਦੇ ਆ, ਠੀਕ ਹੈ ਨਾ। ਅਤੇ ਜੇ ਮੇਰੇ ਲੰਗਰ ਲਗਾਉਣ ਨਾਲ 10 ਤੋਂ 15,000 ਲੋਕਾਂ ਨੂੰ ਇਹ ਲਗਾਉਣ ਨਾਲ ਥੋੜ੍ਹੀ ਬਿਮਾਰੀ 'ਤੇ ਕਾਬੂ ਪਾਇਆ ਜਾਊਗਾ, ਅਤੇ ਮੈਂ ਬੜੀ ਖੁਸ਼ ਨਸੀਬ ਸਮਝੂੰਗੀ ਆਪਣੇ ਹਿੰਦੁਸਤਾਨ ਦੇ ਵਿੱਚੋਂ ਕਿ ਮੈਂ ਇੱਕ ਅੱਛੇ ਮਾਂ ਬਾਪ ਦੀ ਬੇਟੀ ਹਾਂ, ਕਿ ਮੈਂ ਇਹ ਕਦਮ ਚੱਕਿਆ ਆ। ਜਿੱਦਾਂ ਕਿ ਤੁਸੀਂ ਇਹ ਲੰਗਰ ਲਗਾਉਣ ਲੱਗੇ ਆ, ਕਿੰਨੇ ਮਾਸਕ ਦਾ ਤੁਸੀਂ ਟੀਚਾ ਅਪਣਾਇਆ ਕਿ ਅਸੀਂ ਇੰਨੇ ਮਾਸਕ ਦਾ ਲੰਗਰ ਲਗਾਉਣਾ? 10 ਤੋਂ 15,000 ਦਾ ਤਾਂ ਪੱਕਾ ਹੀ ਪਰਮਾਨੈਂਟ ਆ, ਬਾਕੀ ਵੱਧ ਵੀ ਹੋ ਸਕਦਾ ਤਾਂ ਕਹਿ ਨਹੀਂ ਸਕਦੀ ਹਾਂ, ਕਿਉਂਕਿ ਉਹਦਾ ਤਾਂ ਜਿਹੜਾ ਸਮਾਨ ਹੈ ਸਾਰਾ ਮਟੀਰੀਅਲ ਸਾਡੇ ਕੋਲ ਆ ਚੁੱਕਾ ਆ, ਅਤੇ ਉਹ ਤਾਂ ਸਿਰਫ ਤਿਆਰੀ ਕਰਨੀ ਰਹਿ ਗਈ ਆ, ਬਾਕੀ ਉਸ ਤੋਂ ਵੱਧ ਹੋ ਸਕਦਾ ਤਾਂ ਕਹਿ ਨਹੀਂ ਸਕਦੀ ਉਹ। ਤੁਸੀਂ ਇਹ ਦੱਸੋਗੇ ਕਿ ਜਲੰਧਰ ਦੇ ਵਿੱਚ ਕਿਹੜੀ ਕਿਹੜੀ ਜਗ੍ਹਾ 'ਤੇ ਤੁਸੀਂ ਲੰਗਰ ਲਗਾਓ? ਹਾਂਜੀ, ਇਹ ਮੈਂ ਇੱਕ ਦੇਵੀਤਲਾ ਦੇ ਬਾਹਰ ਲਗਾਉਂਗੀ, ਦੇਵੀਤਲਾ ਮੰਦਿਰ ਦੇ ਬਾਹਰ ਲਗਾਉਂਗੀ, ਅਤੇ ਕੁਛ ਆਸ਼ਰਮ ਜਿਹੜਾ ਹੈਗਾ ਹੈ ਉਹਦੇ ਬਾਹਰ ਲਗਾਵਾਂਗੇ, ਅਤੇ ਸਿਵਲ ਹੋਸਪਿਟਲ ਦੇ ਬਾਹਰ ਲਗਾਵਾਂਗੇ। ਫਸਟ ਟਾਈਮ ਆਪਾਂ ਦੇਵੀਤਲਾ 'ਚ ਲਾਵਾਂਗੇ, ਔਰ ਹਫ਼ਤੇ ਦੇ ਵਿੱਚ ਹੀ ਅਸੀਂ ਕੋਸ਼ਿਸ਼ ਕਰਾਂਗੇ, ਔਰ ਜੇ ਹਫ਼ਤੇ ਤੋਂ ਪਹਿਲੇ ਹੋ ਗਿਆ ਤਾਂ ਵੀ। ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ। सेवन सीज इंटरनेशनल लेके आए ने ऑस्ट्रेलिया सेटल होन दा सुनहरी मौका। तुसी स्टूडेंट, फार्मर, बिजनेसमैन या जॉब करदे हो ते फैमिली नाल ऑस्ट्रेलिया सेटल होना चाहुंदे हो, ओ भी बिना आईलेट्स तो, ता आज ही संपर्क करो गवर्नमेंट अप्रूव्ड सेवन सीज इंटरनेशनल नाल। कॉल करो 98556 12912। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝੀ ਕਿਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲਿਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।